पहुंच गए। हो जाओ पासे, हो जाओ आगे 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 भाई आगे आगे। लो जी आज पहुंच चुके हैं। ओ यार सुन, मैं वार्ता करे भूल गया अपना यार प्लेस का। हां देखो दोस्तों, गप नहीं हैगा भी असि किसे थोनु भी उतो बाल्टी भर के तोड़ दे दिखाते ते इधर असि मतलब गप मारता। देखो सीधे खुरनिया च जा रहे हैं ते मैसा भी देखो गाइया केड़े लोड़ आए भज भज के पै रही अमरूदा नू। लो भाई दोस्तों हुण जैश विक लग्या ओपनिंग करन। हाँ जी मेरे हथी देना यूट्यूब ने मैं स्पेशल भी हां अमृत दे हथों संधू नू देना बई तू फड़ा के आई तू बचा के आई है ना ते किन्नी खुशी है भैन अज अपने ਦੂਜਾ ਜਿਹੜਾ ਜਦੋਂ 2 ਮਿਲੀਅਨ ਤੇ ਆਉਂਦਾ ਗੋਲਡ ਵਾਲਾ ਆਉਂਦਾ ਉਦੋਂ ਇੰਨੀ ਖੁਸ਼ੀ ਨਹੀਂ ਹੁੰਦੀ ਜਦੋਂ ਪਹਿਲਾਂ ਆਉਂਦਾ। ਜਦੋਂ ਪਹਿਲਾਂ ਆਉਂਦਾ ਪਹਿਲੇ ਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਲਾ ਕੇ ਕੀ ਚੀਜ਼ ਹੈ ਵੀ ਜਿਹੜਾ ਹਰੇਕ ਕੈਰੇਕਟਰ ਮਤਲਬ ਕਿ ਐ ਓਪਨਿੰਗ ਕਰਦਾ ਹੈ ਹਾਂ ਤੇ ਇਹ ਬਾਕੀ ਮੈਂ ਕਿਸਮਤ ਵਾਲਾ ਸਮਝਦਾ ਵੀ ਤੁਹਾਡੇ ਥਰੂ ਆਇਆ ਹਾਂ ਇਹ ਤਾਂ ਉਵੇਂ ਸਿੱਧਾ ਵੀ ਆ ਸਕਦਾ ਸੀਗਾ ਤੇ ਪਹਿਲਾਂ ਉੱਥੇ ਕਸਟਮ 'ਚ ਕਿੰਨੇ ਦਿਨ ਫਸਿਆ ਰਿਹਾ ਕਰੋਨਾ ਕਰਕੇ। ਹਾਂ ਕਸਟਮ 'ਚ ਵੀ ਫਸ ਗਏ ਸੀ ਸੰਧੂ ਕਰੋਨਾ ਵਾਲੇ ਕੋਈ ਪੇਸ਼ੈਂਟ ਆ ਗਿਆ ਸੀ ਵਿੱਚ ਉਹਦੇ ਕਰਕੇ ਸਾਰਾ ਸਮਾਨ ਸਟੱਕ ਕਰਤਾ ਸੀ। ਠੀਕ ਹੈ ਸੰਧੂ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਮਤਲਬ ਕਿ ਲਟਕਦੇ ਨੂੰ ਠੀਕ ਹੈ ਅੱਜ ਅਖੀਰੀ ਤੁਹਾਡੇ ਕਰਕੇ ਆਉਣਾ ਸੀ ਤੇ ਬੜਾ ਵਧੀਆ ਲੱਗਿਆ। ਹਾਂ ਇਹਨੂੰ ਜੈਸ਼ਵਿਕ ਨੂੰ ਵੀ ਬੜਾ ਚਾਹ ਹੋਇਆ ਦੋਸਤੋ ਇਹਨੇ ਪਹਿਲੀਆਂ ਚੀ ਚੱਕ ਲਿਆ ਜੈਸ਼ਵਿਕ ਨੇ ਸਾਨੂੰ ਤਾਂ ਫੜਾਉਣ ਹੀ ਨਹੀਂ ਦਿੱਤਾ ਇਹਨੇ ਪਹਿਲੀਆਂ ਚ ਉਹ ਕਰ ਲਿਆ ਤੇ ਲਹਿਰਵਾਂ ਕੈਮਰਾ ਤੁਸੀਂ ਫੜੋ ਦੇਖੋ ਦੋਸਤੋ ਜੈਸ਼ਵਿਕ ਹਾਂ ਜੈਸ਼ਵਿਕ ਸੋ ਦੋਸਤੋ अमरीका तो मसा मसा तो कोई चीज आई है खोलो जैशविक फिर कि रमन दो शब्द कहने चाहेंगी। हां जी मैनू भी बहुत खुशी है क्योंकि ये भी अपने ने तो इन्हों मतलब इन्नी मेहनत के बावजूद जोड़ा अवार्ड है मिलेगा। हाँ जी सो दोने भैन तो वीर नू कंग्रेचुलेशन। मैं संधु भाई चाच बधाई देनिया भुल गया फोन दिना बधाई बहुत बहुत थैंक यू।
ਦੇਖਦੇ ਆਪਾਂ ਤਾਂ ਹੱਥ ਹੀ ਨਹੀਂ ਲਾਇਆ ਅਜੇ ਤੱਕ ਅੰਮ੍ਰਿਤ ਪਹਿਲੀ ਵਾਰੀ ਮਤਲਬ ਕਿ ਮੈਂ ਤਾਂ ਪਹਿਲੀ ਵਾਰੀ ਦੇਖੂੰਗਾ ਸੰਧੂ ਮੈਂ ਦੇਖਿਆ ਨਹੀਂ ਕਿਸੇ ਨੇ ਦੇਖਿਆ ਮੈਂ ਤਾਂ ਆਪਣੀ ਦੇਖਿਆ ਮਿੱਤਰ ਆਪਣੇ ਬਹੁਤ ਕਈਆਂ ਕੋਲ ਗੋਲਡ ਮੈਡਲ ਵੀ ਆ ਬਹੁਤ ਵੱਡੇ ਵੱਡੇ ਮਤਲਬ ਕਿ ਆਪਣੇ ਘਰੇ ਵੀ ਆਏ ਸੀ ਜਿਨ੍ਹਾਂ ਨੂੰ ਸਿਲਵਰ ਸਿਲਵਰ ਤੋਂ ਬਾਅਦ ਜਿਹੜਾ ਗੋਲਡ ਮਿਲਿਆ ਹੋਇਆ ਗੋਲਡ ਮਿਲਿਆ ਹੋਇਆ ਦੋ ਤਿੰਨ ਗੋਲਡ ਮਿਲੇ ਹੋਏ ਆ ਪਰ ਮੈਂ ਐਕਸਪੀਰੀਅੰਸ ਆਪਦਾ ਪਹਿਲਾਂ ਆਪਾਂ ਵੀਡੀਓ ਚ ਹੀ ਦੇਖਿਆ ਅੱਜ ਤੱਕ ਵੀਡੀਓਆਂ ਚ ਹੀ ਦੇਖਿਆ ਮਿਲਦੇ ਖੋਲਦੇ ਭਰਾ ਜਿੰਨੇ ਵੀ ਆਪਣੇ ਹੈਗੇ ਹਨਾ ਸੋਸ਼ਲ ਮੀਡੀਆ ਵਾਲੇ ਤੇ ਸਾਰਿਆਂ ਨੂੰ ਵੀਡੀਓ ਚ ਹੀ ਖੋਲਦੇ ਦੇਖਿਆ ਸੀ ਤੇ ਅੱਜ ਅਸੀਂ ਖੁਦ ਐਕਸਪੀਰੀਅੰਸ ਕਰਨ ਜਾ ਰਹੇ ਹਾਂ ਤੇ ਭੈਣ ਨੇ ਚਾਕੂ ਵੀ ਲਿਆਂਦਾ ਪਹਿਲਾਂ ਲੈ ਵੀ ਜੈਸ਼ ਕਰ ਕੇਰਾ ਅਨਬਾਕਸਿੰਗ ਮੈਂ ਹੈਲਪ ਕਰੂੰਗੀ ਥੋੜੀ ਜਿਹੀ ਨਤੀਜਾ ਸਾਰਾ ਤੇ ਤੁਹਾਡੇ ਪਿਆਰ ਕਰਕੇ ਸੰਭਵ ਹੋਇਆ ਹੈਗੇ ਨੇ ਬਾਈ ਸੰਧੂ ਬਿਲਕੁਲ ਤੇ ਇਹ ਭੈਣਾਂ ਦੇ ਤੇ ਭਰਾਵਾਂ ਦੇ ਪਿਆਰ ਕਰਕੇ ਜਿਹੜੇ ਸਾਨੂੰ ਦੇਖਦੇ ਆ ਇੰਨਾ ਪਿਆਰ ਕਰਦੇ ਆ ਕਮੈਂਟ ਕਰਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਉਹਨਾਂ ਕਰਕੇ ਸਾਰਾ ਕੁਛ ਸੰਭਵ ਆ ਹਨਾ ਬਿਲਕੁਲ ਲਓ ਬਈ ਦੋਸਤੋ ਹੁਣ ਜੈਸ਼ ਵਿਕ ਲੱਗਿਆ ਓਪਨਿੰਗ ਕਰਨ ਹਾਂਜੀ ਤੇ ਸਾਰੇ ਸਾਰਿਆਂ ਦੇ ਫੇਸ ਤੇ ਬਹੁਤ ਜ਼ਿਆਦਾ ਖੁਸ਼ੀ ਨਜ਼ਰ ਆ ਰਹੀ ਹੈ ਜੀ ਹਾਂਜੀ ਲੈ ਵੀ ਜੈਸ਼ ਕਿਉਂਕਿ ਇਸ ਦਿਨ ਦਾ ਸਾਰਿਆਂ ਨੇ ਇੰਤਜ਼ਾਰ ਹੁੰਦਾ ਇੰਨੀ ਮਿਹਨਤ ਲੱਗਦੀ ਆ ਹਰੇਕ ਕੰਮ ਤੇ ਹਾਂਜੀ ਤੇ ਹੁਣ ਜੈਸ਼ ਵਿਕ ਆ ਜਿਹੜਾ ਓਪਨਿੰਗ ਕਰ ਰਿਹਾ ਜੀ ਆਹ ਖੋਲ ਜੈਸ਼ ਵਿਕ ਇੱਥੇ ਖੋਲ ਹਾਂ ਬੁੱਤਾ ਆਹ ਖੋਲ ਬੁੱਤਾ ਹਾਂ ਚਲੋ ਲੈਟਰ ਆ ਗਿਆ ਸੰਧੂ ਬਾਈ ਹਨਾ ਨਾਮ ਵਗੈਰਾ ਗਿੱਲੇ ਹੱਥ ਲੱਗ ਗਏ ਤੇ ਆ ਗਿਆ ਦੋਸਤੋ ਸ਼ੀਸ਼ਾ ਵੀ ਇੱਕ ਤਰ੍ਹਾਂ ਦਾ ਦੋ ਕੰਮ ਕਰਦਾ ਸੰਧੂ ਬਾਈ ਨਾਲੇ ਸ਼ੀਸ਼ਾ ਨਾਲੇ ਅਵਾਰਡ ਤੇ ਇੱਥੇ ਬਾਈ ਸਾਡੇ ਭਰਾ ਦਾ ਤੇ ਸਾਡੇ ਬੱਚੇ ਦਾ ਬੜਾ ਪਿਆਰਾ ਨਾਂ ਲਿਖਿਆ ਹੋਇਆ ਦਾ ਜੈਸ਼ ਵਿਕ ਬਲੌਗਸ ਚੈਨਲ ਦਾ ਤੇ ਥੋੜੀ ਜਿਹੀ ਲਾਈਟ ਪੈ ਰਹੀ ਇਦਾਂ ਕਰਕੇ ਫੋਕਸ ਨਹੀਂ ਆ ਰਿਹਾ ਪ੍ਰੋਪਰ ਤੇ ਬੜੀ ਖੁਸ਼ੀ ਹੋਈ ਬਹੁਤ ਵਧੀਆ ਲੱਗ ਰਿਹਾ ਜੀ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵੀਰੇ ਧੰਨਵਾਦ ਜਿਹੜਾ ਤੁਸੀਂ ਸਾਡੇ ਤੱਕ ਇੱਥੇ ਤੱਕ ਪਹੁੰਚਾ ਕਰਤਾ ਬਹੁਤ ਦਿਨ ਹੋ ਗਏ ਸੀਗੇ ਵੀ ਮਲੋਟ ਹੀ ਪਿਆ ਸੀਗਾ ਤੇ ਨਾ ਸਾਡੇ ਤੋਂ ਜਾਇਆ ਗਿਆ ਤੇ ਨਾ ਕਿਸੇ ਤੋਂ ਆਇਆ ਗਿਆ ਚਲੋ ਤੁਸੀਂ ਆਉਣਾ ਸੀ ਤੁਹਾਡੇ ਪੱਜ ਨਾਲ ਸਿਲਵਰ ਬਟਨ ਵੀ ਪਹੁੰਚ ਗਿਆ ਚਲੋ ਭੈਣੇ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਵੀ ਸਾਡੇ ਭੈਣ ਤੇ ਭਰਾ ਨੂੰ ਬੜਾ ਮਿਹਨਤ ਦਾ ਮਤਲਬ ਮੁੱਲ ਮਿਲਿਆ ਹਾਂਜੀ ਥੈਂਕ ਯੂ ਜੀ ਬਹੁਤ ਹਾਂ 2 ਸਾਲ ਹੋ ਗਏ ਸੀ ਭੈਣੇ ਤਕਰੀਬਨ ਨਾ ਮਿਹਨਤ ਕਰਦੇ ਨੂੰ ਹਾਂਜੀ ਤੇ ਇਹ ਵੀ ਤਰਸਾ ਕੇ ਪਹੁੰਚਿਆ ਆਪਣੇ ਕੋਲੇ ਹਾਂਜੀ ਬਿਲਕੁਲ ਜੀ ਹਾਂਜੀ ਸਾਨੂੰ ਤਾਂ ਇਹਦੇ ਦੀ ਬੜਾ ਚਾਹ ਚੜਿਆ ਪਰ ਦੇਖੀ ਜੈਸ਼ ਵਿਕ ਤੇ ਲਓ ਬਈ ਦੋਸਤੋ ਜੈਸ਼ ਵਿਕ ਨੇ ਪੈਕ ਵੀ ਕਰਤਾ ਦੁਬਾਰੇ ਤੇ ਆਪਦੀ ਦਾਦੀ ਨੂੰ ਵੀ ਦਿਖਾਇਆ ਤੇ ਤੁਹਾਨੂੰ ਅੱਜ ਇੱਕ ਨਵੀਂ ਚੀਜ਼ ਦੱਸਦੇ ਹਾਂ ਦੋਸਤੋ ਨਵੀਂ ਗੱਲ ਦੱਸਦੇ ਹਾਂ ਇੱਕ ਨਵੀਂ ਚੀਜ਼ ਪਤਾ ਲੱਗੀ ਇਹਦੇ ਨਾਲ ਲੈਟਰ ਆਇਆ ਤੇ ਸਾਨੂੰ ਅੱਜ ਤੱਕ ਕਿਸੇ ਭਰਾ ਨੇ ਇਹ ਨਹੀਂ ਦੱਸਿਆ ਯੂਟਿਊਬਰ ਨੇ ਵੀ ਆਹ ਵੀ ਚੀਜ਼ ਹੁੰਦੀ ਆ ਤੇ ਕਿਵੇਂ ਸੰਧੂ ਬਾਈ ਇੱਕ ਮਿੰਟ ਆ ਤੁਸੀਂ ਮਾਈਕ ਵੀ ਲਾ ਲਓ ਬਾਈ ਇਹਦੇ 'ਚ ਇਹ ਲਿਖਿਆ ਵੀ ਪਹਿਲੀ ਵਾਰੀ ਮਤਲਬ ਕਿ ਮੈਂ ਤਾਂ ਆਪ ਇਹ ਪੜ੍ਹ ਰਹੇ ਹਾਂ ਇਹ 'ਚ ਲਿਖਿਆ ਵੀ ਜੇ ਤੁਹਾਡਾ ਗਮਾਜ ਜੇ ਟੁੱਟ ਜੇ ਜਾਂ ਕੁਛ ਹੋ ਜੇ ਕ੍ਰਿਕਟਰ ਅਵਾਰਡ ਨੂੰ ਕਿਉਂਕਿ ਇੰਨੀ ਮਿਹਨਤ ਕਰਕੇ ਮਿਲਦਾ ਇਹਨਾਂ ਨੇ ਮੇਲ ਐਡਰੈਸ ਦਿੱਤਾ ਵੀ ਤੁਸੀਂ ਇਹਦੇ 'ਤੇ ਇਸ ਚੀਜ਼ ਦੀ ਕਾਪੀ ਮੰਗਾ ਸਕਦੇ ਹੋ ਦੁਬਾਰਾ ਤੋਂ ਠੀਕ ਆ ਬਾਈ ਜਿਵੇਂ ਕਈ ਵਾਰੀ 10ਵੀਂ ਦਾ ਸਰਟੀਫਿਕੇਟ ਗੁੰਮ ਜਾਂਦਾ ਉਹ ਇੱਕ ਡੁਪਲੀਕੇਟ ਬਣਾ ਕੇ ਦੇ ਦਿੰਦੇ ਜਾਂ ਲਾਇਸੈਂਸ ਗੁੰਮ ਜਾਂਦਾ ਵੀ ਜਿਹਨੂੰ ਮਿਲਿਆ ਹੋਵੇ ਉਹ ਹੀ ਮੰਗਾ ਸਕਦਾ ਇਹ ਨਹੀਂ ਗਾ ਵੀ ਤੁਹਾਡੇ ਬਾਈ ਚਾਂਸ ਕਈ ਵਾਰੀ ਰੱਬ ਨਾ ਕਰੇ ਕ੍ਰੈਂਕ ਹੋ ਗਿਆ ਜਾਂ ਤੁਸੀਂ ਦੁਬਾਰੇ ਮੰਗਾ ਸਕਦੇ ਠੀਕ ਹੈ ਬਾਈ ਆਹ ਇਹਦੇ ਦੋਸਤੋ ਡਿਟੇਲ ਲਿਖੀ ਹੋਈ ਤੇ ਇਹ ਆਪਾਂ ਮਤਲਬ ਕੋਈ ਵੀ ਆਪਣਾ ਚਾਹੇ ਸਿਲਵਰ ਚਾਹੇ ਗੋਲਡ ਚਾਹੇ ਕੁਛ ਵੀ ਡੈਮੇਜ ਹੋ ਜੇ ਤਾਂ ਆਪਾਂ ਦੁਬਾਰਾ ਇਹਨੂੰ ਮੰਗਵਾ ਸਕਦੇ ਹਾਂ ਕੀ ਦਿਖਾਉਣ ਜਾ ਰਹੇ ਹਾਂ ਸੰਧੂ ਆਹਰ ਜਾ ਤੂੰ ਇੱਕ ਕਹਾਵਤ ਸੁਣ ਇੱਕ ਕਹਾਵਤ ਨਹੀਂ ਸੁਣੀ ਵੀ ਬੱਕਰੀਆਂ ਸਾਡੇ ਤਾਂ ਬੱਕਰੀਆਂ ਨੂੰ ਉਡ ਨਹੀਂ ਖਾਂਦੀਆਂ ਹਾਂ ਸੁਣੀਏ ਕਹਾਵਤ ਬਿਲਕੁਲ ਬਿਲਕੁਲ
ਅੱਛਾ ਤਾਂ ਹੀ ਤੋੜੀ ਜਾਂਦੇ ਹੋ ਮੈਂ ਵੀ ਇੱਕ ਮਾਦਾ ਅਮਰੂਦ ਕਿਵੇਂ ਤੋੜੀ ਜਾਂਦੀ ਆ ਅਮਰੂਦਾਂ ਦੇ ਵਿੱਚ ਲੁੱਟ ਸੀ ਬਹੁਤ ਜ਼ਿਆਦਾ ਅੱਛਾ ਅੱਛਾ ਤਿੰਨ ਤਿੰਨ ਬਾਲਟੀਆਂ ਤੋੜ ਤੋੜ ਕੇ ਡੰਗਰਾਂ ਨੂੰ ਸੜਦੀ ਦੋ ਦੋ ਬਾਲਟੀਆਂ ਖਾ ਜਾਂਦੇ ਨੇ ਮਾਦਾ ਮੈਸਾਂ ਹੈ ਬਿਲਕੁਲ ਤੇ ਦੁੱਧ ਵਧੀਆ ਭੋਰਾ ਕੋਈ ਅਮਰੂਦ ਖਾਣ ਨਾਲ ਸੰਧੂ ਦੁੱਧ ਤਾਂ ਨਹੀਂ ਵੱਧਦਾ ਪਰ ਅਸੀਂ ਕਹਿੰਦੇ ਵੀ ਅਸੀਂ 2 ਰੁਪਏ ਕਿਲੋ ਨਹੀਂ ਦੇਣੇ ਪਸ਼ੂਆਂ ਨੂੰ ਪਾ ਦਾਂਗੇ ਠੀਕ ਹੈ ਬਾਈ ਤੇ ਮੇਨ ਕਾਰਨ ਇਹੀ ਆ ਰਮਨ ਦੇਖ ਅਮਰੂਦ ਟੁੱਟ ਟੁੱਟ ਕੇ ਮੈਸਾਂ ਨੂੰ ਪੈ ਰਹੇ ਨੇ ਐਰਨ ਸਾਰੇ ਨੂੰ ਵੱਧ ਹੁੰਦਾ ਹਨਾ ਐਰਨ ਵੱਧ ਹੁੰਦਾ ਤੇ ਮੈਸਾਂ ਦੁੱਧ ਜ਼ਿਆਦਾ ਦੇਣਗੀਆਂ ਕਿਉਂਕਿ ਇੰਨੀ ਮਿਹਨਤ ਨਾਲ ਜਿਹੜੇ ਆਪਾਂ ਫਸਲ ਕੋਈ ਵੀ ਲਾਉਂਦੇ ਹਾਂ ਤੇ ਉਹਦਾ ਜਦੋਂ ਜਾਇਜ਼ ਰੇਟ ਨਹੀਂ ਮਿਲਦਾ ਤੇ ਫਿਰ ਇਦੋਂ ਵਜੇ ਤੇ ਵੀ ਪਸ਼ੂਆਂ ਨਹੀਂ ਪਾ ਦਈਏ ਪੂਰਾ ਦੁੱਧ ਤਾਂ ਵੱਧ ਦੇਣਗੇ ਹਾਂਜੀ ਆਪਣੇ ਕਾਰਨ ਤੂੰ ਬਾਈ ਲੱਗੀ ਹੋਏ ਨੇ ਹਨਾ ਹਾਂ ਤੇ ਫਿਰ ਪਸ਼ੂਆਂ ਨੂੰ ਪਾ ਦਾਂਗੇ ਤਾਂ ਪੂਰਾ ਦੁੱਧ ਵੱਧ ਹੀ ਦੇਣਗੇ ਹਾਂਜੀ ਤੇ ਅਮਰੂਦ ਵੀ ਫਲ ਵੀ ਕਾਫੀ ਸੀ ਐਤਕੀ ਸਿੱਧੂ ਹਨਾ ਬਹੁਤ ਬਹੁਤ ਫਲ ਸੀ ਅਮਰੂਦਾਂ ਨੂੰ ਸਾਰੇ ਫਲ ਬਹੁਤ ਜ਼ਿਆਦਾ ਸੀ ਸਾਰਾ ਡਾਊਨ ਹੋਇਆ ਖੜਾ ਫਲ ਕਰਕੇ ਦੇਖੋ ਕਿਹੜੇ ਲੋੜ ਬੂਝਾ ਵੀ ਥੱਲੇ ਲਫਿਆ ਪੈ ਗਿਆ ਫਲ ਕਰਕੇ ਹਾਂਜੀ ਤੇ ਕਿਉਂਕਿ ਆਪ ਤੂੰ ਤਾਂ ਸੰਧੂ ਆਪਣੇ ਤੋਂ ਇੰਨੇ ਖਾਦੇ ਨਹੀਂ ਜਾਂਦੇ ਬਾਈ ਤੇ ਚਲੋ ਚੰਗਾ ਵੀ ਕਿਸੇ ਡੰਗਰ ਦੇ ਢਿੱਡ 'ਚ ਹੀ ਪੈ ਜਾਣ ਪਸ਼ੂ ਦੇ ਢਿੱਡ 'ਚ ਪੈ ਜਾਣ ਹਾਂ ਸਹੀ ਬਿਲਕੁਲ ਤੇ ਭੁੱਖੇ ਦਾ ਢਿੱਡ ਤਾਂ ਭਰੂਗਾ ਚਾ ਦੇਖੋ ਜਾ ਰਹੇ ਆ ਝੂੜ ਨਹੀਂਗਾ ਜਾ ਕੇ ਪਸ਼ੂਆਂ ਦੇ ਖੁਰਲੀ 'ਚ ਜਾ ਰਹੇ ਆ ਆ ਜਾ ਸੰਧੂ ਦਿਖਾਈਏ ਆ ਦੇਖੋ ਦੋਸਤੋ ਗੱਪ ਨਹੀਂ ਹੈਗਾ ਵੀ ਅਸੀਂ ਕਿਸੇ ਤੁਹਾਨੂੰ ਵੀ ਉੱਥੋਂ ਬਾਲਟੀ ਭਰ ਕੇ ਤੋੜਦੇ ਦਿਖਾਤੇ ਤੇ ਇੱਧਰ ਅਸੀਂ ਮਤਲਬ ਗੱਪ ਮਾਰਤਾ ਦੇਖੋ ਸਿੱਧੇ ਖੁਰਨੀਆਂ 'ਚ ਜਾ ਰਹੇ ਆ ਤੇ ਮੈਸਾਂ ਵੀ ਦੇਖੋ ਗਾਈਆਂ ਕਿਹੜੇ ਲੋੜ ਆ ਭੱਜ ਭੱਜ ਕੇ ਪੈ ਰਹੀਆਂ ਅਮਰੂਦਾਂ ਨੂੰ ਜਿਵੇਂ ਟਰੱਕ ਪਲਟਿਆ ਸੀ ਨਾ ਤੇ ਟਰੱਕ ਪਲਟੇ ਤੋਂ ਜਿਹੜੇ ਸੜਕ ਤੇ ਜਾ ਰਹੇ ਸੀ ਤੇ ਉਹ ਸੇਬਾਂ ਨੂੰ ਪੈ ਗਏ ਸੀ ਤੇ ਮੈਸਾਂ ਵੀ ਉਸ ਲੋਟ ਜਦਾਈ ਕਰ ਕਰਕੇ ਐ ਅਮਰੂਦਾਂ ਨੂੰ ਪੈ ਰਹੀਆਂ ਹੈ ਸਾਰਾ ਦਿਨ ਅਮਰੂਦ ਹੀ ਖਾਂਦੀਆਂ ਸੰਧੂ ਆਪਣੇ ਤਾਂ ਜੇ ਕੀਵੀ ਦੇ ਬਾਗ ਵੀ ਹੋਣ ਤਾਂ ਆਪਾਂ ਕੀਵੀ ਖਵਾਉਣ ਲਾ ਦਈਏ ਇਹਨਾਂ ਨੂੰ ਨਾਲੇ ਖੱਟੀ ਨਾਲੇ ਖੱਟੀ ਹੁੰਦੀ ਆ ਆ ਦੇਖੋ ਤੁਸੀਂ ਭੈਣ ਤੁਹਾਡੀ ਬਗੀਚੀ ਦਿਖਾਓ ਹੋਰ ਕਿਹੜੇ ਬੂਟੇ ਲਾਏ ਨੇ ਤੁਸੀਂ ਹਾਂਜੀ ਆਪਣੇ ਸਾਰੇ ਬੂਟੇ ਲੱਗੇ ਹੋਏ ਆ ਇੱਧਰ ਆਪਣੀਆਂ ਖੰਜੂਰਾਂ ਇਹਨਾਂ ਨੂੰ ਵੀ ਹੋ ਗਏ 5-7-8 ਸਾਲ ਹੋ ਗਏ ਇਹਨਾਂ ਨੂੰ ਲੱਗੀਆਂ ਨੂੰ ਤੇ ਆਹ ਖੰਜੂਰ ਇੱਕ ਜਿਵੇਂ ਵੱਡੀ ਹੈਗੀ ਹੈ ਤਾਂ ਮੈਨੂੰ ਲੱਗਦਾ ਕੋਈ ਹੋਰ ਸਾਲ ਤੱਕ ਕੀਤਾ ਇਹਨੂੰ ਖੰਜੂਰਾਂ ਵੀ ਲੱਗਣ ਲੱਗ ਹੀ ਜਾਣਗੀਆਂ ਠੀਕ ਹੈ ਜੀ ਕਿਉਂਕਿ ਖੰਜੂਰਾਂ ਲੇਟ ਲੱਗਦੀਆਂ ਹੁੰਦੀਆਂ ਹਾਂਜੀ ਤੇ ਇੱਧਰ ਆਪਾਂ ਗੰਨੇ ਬੀਜੇ ਆ ਜੀ ਗੰਨੇ ਆ ਜਿਹੜੇ ਆਪਣੇ ਬਿਲਕੁਲ ਔਰਗੈਨਿਕ ਆ ਹਾਂਜੀ ਦੀ ਤੇ ਆਪਾਂ ਕੋਈ ਇਹਨਾਂ 'ਚ ਖਾਦ ਰੇ ਸਪਰੇ ਕੁਛ ਨਹੀਂ ਕੀਤੀ ਹੋਈ ਵੈਸੇ ਬਿਨਾ ਖਾਦ ਬਿਨਾ ਰੇ ਸਭ ਤੋਂ ਔਰਗੈਨਿਕ ਬਹੁਤ ਹੀ ਵਧੀਆ ਨੇ ਸੰਧੂ ਨੇ ਜੂਸ ਵਾਲੀ ਮਸ਼ੀਨ ਲਿਆ ਰੱਖੀ ਇਦੋਂ ਬਾਅਦ ਆਪਾਂ ਨੂੰ ਪਿਆਊਗਾ ਸੰਧੂ ਬਾਈ ਜੂਸ ਹਾਂਜੀ ਭਾਈਆਂ ਦਾ ਕੱਪ ਹੈ ਜੈਸ਼ ਨੂੰ ਬਹੁਤ ਕਾਹਲੀ ਲੱਗੀ ਹੋਈ ਸੀ ਕਦੋਂ ਦੀ ਜੈਸ਼ ਕਹਿੰਦਾ ਸੀ ਜੂਸ ਬਣਾਓ ਜੂਸ ਬਣਾਓ ਤੇ ਹੁਣ ਆਪਾਂ ਇਧਰੋਂ ਗੰਨੇ ਲੈ ਕੇ ਜਾਂਦੇ ਆ ਗੰਨਿਆਂ ਦੀ ਲੈਂਥ ਬਹੁਤ ਹੋਈ ਆ ਸੰਧੂ ਬਾਈ ਹਨਾ ਬਿਲਕੁਲ ਇਹਦੇ ਵਿੱਚ ਅਮਰ ਤੋਂ ਕੋਈ ਖਾਦ ਨਹੀਂ ਆਪਾਂ ਨੂੰ ਪਾਇਆ ਤੇ ਸੰਧੂ ਕਹਿੰਦਾ ਬਾਈ ਬਿਨਾ ਖਾਦ ਤੋਂ ਆਪਾਂ ਬਣਾਏ ਹੋਏ ਨੇ ਕਹਿੰਦਾ ਪਿਆ ਕਹੀਂ ਜੈਸ਼ ਵੇਖੋ ਬੋਲਦੇ ਆਈ ਲਵ ਯੂ ਲਵ ਯੂ ਤੇ ਕਦੇ ਨਾ ਬਾਈ ਕਹਿੰਦਾ ਆਹ ਕਦੇ ਫਲਵਾੜੀ ਚ ਕਿਆਰੀ ਚ ਰੇਹ ਪਾਈ ਆ ਨਾ ਕਦੇ ਹੋਰ ਬੂਝਾਂ ਨੂੰ ਪਾਈ ਆ ਕਿਸੇ ਵੀ ਫਰੂਟ ਨੂੰ ਨਹੀਂ ਪਾਈਗੀ ਆ ਆਪਣੇ ਮੈਂਗੋ ਟ੍ਰੀ ਲੱਗਿਆ ਸੀਗਾ ਠੀਕ ਆ ਭੈਣੇ ਤੇ ਇਹਦੇ ਆਪਣੇ ਲੱਗੇ ਸੀਗੇ ਐਤਕੀ ਤਾਂ 20-25 ਮੈਂਗੋ ਲੱਗੇ ਸੀ ਇਸ ਤੇ ਵੱਡੇ ਲੱਗਦੇ ਜਿਹੜੇ ਵੱਡੇ ਵੱਡੇ ਹੁੰਦੇ ਆ ਹਾਂਜੀ ਭੈਣੇ ਤੇ ਪੂਰੇ ਪੱਕ ਗਏ ਸੀ ਵਧੀਆ ਇਸ ਤੇ ਮਿੱਠੇ ਹਾਂਜੀ ਜੀ ਤੋੜ ਲੈਂਦੇ ਆ ਤੇ ਉਹ ਰਾਹ ਦੇ ਵਿੱਚ ਕੈਮੀਕਲ ਲਾ ਕੇ ਚੀਜ਼ਾਂ ਮਤਲਬ ਜੇ ਪਕਾਉਂਦੇ ਆ ਤੇ ਉਹ ਇੰਨਾ ਜਿਹੜਾ ਕੈਮੀਕਲ ਲਾਉਂਦੇ ਇੰਨਾ ਜ਼ਿਆਦਾ ਹਾਨੀਕਾਰਕ ਆ ਦੇਖੋ ਵੀ ਹਸਪੀਟਲ ਸਾਰੇ ਭਰੇ ਪਏ ਆਪਣੇ ਆਲੂ ਬੁਖਾਰੇ ਲੱਗੇ ਆਪਣੇ ਠੀਕ ਹੈ ਜੀ ਆਹ ਬੂਟਾ ਹੋ ਗਿਆ ਆਲੂ ਬੁਖਾਰਿਆਂ ਦਾ ਅੱਛਾ ਜੀ ਤੇ ਇੱਕ ਉਧਰ ਹੈਗਾ ਇਹਨਾਂ ਤੇ ਵੀ ਆਲੂ ਬੁਖਾਰੇ ਉੱਪਰ ਹੀ ਪੱਕ ਜਾਂਦੇ ਆ ਵਧੀਆ ਹਾਂਜੀ ਦੀ ਵਧੀਆ ਨਹੀਂ ਵੀ ਆ ਲੱਗੇ ਵੀ ਹੋਏ ਨੇ ਦੀ ਹਨਾ ਹਾਂ ਨਹੀਂ ਆ ਐਪਲ ਟ੍ਰੀ ਹੈ ਅੱਛਾ ਜੀ ਐਪਲ ਦਾ ਆ ਐਪਲ ਲੱਗੇ ਹੋਏ ਆ ਠੀਕ ਹੈ ਜੀ ਗ੍ਰੀਨ ਐਪਲ ਠੀਕ ਹੈ ਜੀ
ਐਪਲ ਆਪਣੇ ਪੈਣ ਪੰਜਾਬ ਚ ਲੱਗ ਜਾਂਦੇ ਨੇ ਹਾਂਜੀ ਅਸੀਂ ਐਤਕੀ ਕਾਫੀ ਬੂਟੇ ਲਾਏ ਆ ਹਾਂਜੀ ਕਾਫੀ ਲੱਗੇ ਸੀਗੇ ਪਰ ਇਹ ਵੈਰਾਇਟੀ ਹੋਰ ਹੈਗੀ ਆ ਇਹਨੂੰ ਥੋੜਾ ਜਿਹਾ ਲੇਟ ਪੱਕਦੇ ਆ ਇਹ ਠੀਕ ਆ ਇਹ ਗ੍ਰੀਨ ਐਪਲ ਆ ਲੱਗਿਆ ਹੋਇਆ ਜੀ ਠੀਕ ਹੈ ਭੈਣੇ ਹੁਣ ਹੀ ਲਾਏ ਆ ਇਹ ਐਤਕੀ ਲਾਇਆ ਭੈਣੇ ਕਿਹੜਾ ਆਪਣਾ ਇਹ ਹਰਮਨ 99 ਇਹ ਹਰਮਨ 99 ਐਪਲ ਹੀ ਆ ਗਿਆ ਵੀ ਹਾਂਜੀ ਐਪਲ ਦਾ ਹੀ ਹੈ ਠੀਕ ਹੈ ਭੈਣੇ ਤੇ ਆਪਣੇ ਸੋ ਵੀ ਪੰਜਾਬ ਚ ਮਤਲਬ ਲਾਏ ਹੋਏ ਆ ਤੇ ਲੈ ਰਮਨ ਭੈਣ ਨੂੰ ਕਹਿ ਕੇ ਦੂਜੀ ਫਲਵਾੜੀ ਵੀ ਸਾਰੀ ਤੁਸੀਂ ਦੇਖ ਲਓ ਦਿਖਾ ਦਈ ਆਪਣੇ ਦੋਸਤਾਂ ਨੂੰ ਵੀ ਹਾਂਜੀ ਹਾਂਜੀ ਇੱਕ ਆਪਣੇ ਇੱਧਰ ਵੀ ਹੈ ਮੈਂਗੋ ਟ੍ਰੀ ਇਹਦੇ ਤੇ 35-40 ਕਿਲੋ ਦੇ ਹਿਸਾਬ ਨਾਲ ਅਸੀਂ ਕਿ ਦੂਜੇ ਸਾਲ ਅਸੀਂ ਇਹਦੇ ਤੋਂ ਬਹੁਤ ਤੋੜੇ ਸੀਗੇ ਅਸੀਂ ਸਾਰੇ ਘਰਾਂ ਨੇ ਵੀ 4 ਪਾ ਲਿਆ ਇਹਦਾ ਵਾਧੂ ਅਸੀਂ ਕਿਉਂਕਿ ਵੈਸੇ ਤਾਂ ਇਹਦੇ ਤੇ ਪੱਕ ਜਾਂਦਾ ਹੁੰਦਾ ਫਰੂਟ ਤੇ ਪਰ ਅਸੀਂ ਪਹਿਲਾਂ ਹੀ ਤੋੜ ਲਿਆ ਸੀਗਾ ਕੱਚਾ ਹੀ ਤੇ ਅਸੀਂ ਇਹਦਾ 4 ਪਾ ਲਿਆ ਸੀਗਾ ਪਿਛਲੇ ਸਾਲ ਵੀ ਅਸੀਂ 4 ਪਾਇਆ ਸੀ ਇਹਨਾਂ ਅੰਬਾਂ ਦਾ ਇਹ ਵੀ ਬਿਲਕੁਲ ਔਰਗੈਨਿਕ ਹੈ ਕੋਈ ਰੇਹ ਸਪਰੇ ਨਹੀਂ ਕੀਤੀ ਤੇ ਅੰਬ ਦਾ 4 ਵੀ ਬਹੁਤ ਸਵਾਦ ਬਣਦਾ ਹਾਂਜੀ ਦੀ ਆਹ ਕਾਦਾ ਆਹ ਵਾਲੇ ਹੈਗੇ ਆ ਇਹ ਹੈਗੇ ਆ ਆੜੂਆਂ ਦੇ ਆਹ ਸਾਰੇ ਬੂਟੇ ਆੜੂਆਂ ਦੇ ਹੁਣ ਇਸ ਰੁੱਤ ਚ ਇਹ ਪੱਤੇ ਜੇ ਨਹੀਂ ਨਾ ਹੁੰਦੇ ਜ਼ਿਆਦਾ ਹਾਂਜੀ ਹਾਂਜੀ ਜੀ ਮੌਸਮ ਨਹੀਂ ਹੈਗਾ ਇਹਨਾਂ ਦਾ ਹਾਂਜੀ ਜੀ ਇਹ ਪੱਤੇ ਇਹਦੇ ਕੁਝ ਜ਼ਿਆਦਾ ਝੜੇ ਹੋਏ ਆ ਕੁਛ ਉਦੋਂ ਨੇਰੀਆਂ ਜ਼ਿਆਦਾ ਆਈਆਂ ਸੀ ਨਾ ਉਹਦੇ ਕਰਕੇ ਇਹਨਾਂ ਨੂੰ ਫਰੂਟ ਬਾਹਲਾ ਲੱਗਿਆ ਹੋਇਆ ਸੀਗਾ ਹਾਂਜੀ ਬੂਟੇ ਪੱਟੇ ਗਏ ਸੀਗੇ ਆਹ ਵੀ ਆੜੂਆਂ ਦੀ ਆ ਸਾਰੇ ਆੜੂਆਂ ਦੇ ਬੂਟੇ ਜ਼ਿਆਦਾ ਹੈਗੇ ਆ ਠੀਕ ਹੈ ਜੀ ਤੇ ਇੱਧਰ ਆਪਣੇ ਮੌਸਮੀਆਂ ਲੱਗੀਆਂ ਹੋਈਆਂ ਠੀਕੋ ਇੱਧਰ ਲੱਗੇ ਮੌਸਮੀ ਦੇ ਆਹ ਵਾਲੇ ਇੱਧਰ ਸਾਰੇ ਮੌਸਮੀ ਦੇ ਆ ਆਹ ਇੱਥੇ ਆਪਾਂ ਅੰਬਾਂ ਦੇ ਬੂਟੇ ਐਤਕੀ 2 ਹੋਰ ਲਾਏ ਆ ਠੀਕ ਹੈ ਜੀ ਇੱਕ ਆ ਸੀ ਇਹ ਕਿਹੜੀ ਵੈਰਾਈਟੀ ਹੈ ਦੀ ਇਹ ਵੀ ਦੂਜੇ ਆ ਮੈਨੂੰ ਲੱਗਦਾ ਜਿਹੜੇ ਵੱਡੇ ਅੰਬ ਜਿਹੜੇ ਠੀਕ ਹੈ ਜੀ ਠੀਕ ਹੈ ਤੇ ਲਓ ਵੀ ਦੋਸਤੋ ਸਾਡੇ ਭਰਾ ਸੰਧੂ ਨੇ ਗੰਨੇ ਹੁਣ ਪੱਟ ਲਏ ਤੇ ਕਾਫੀ ਸਾਰੇ ਪੱਟ ਲਏ ਗੰਨੇ ਪੱਟ ਕੇ ਕੱਟ ਕੇ ਸਾਰੇ ਉਹ ਕਰ ਲਿਆ ਤੇ ਹੁਣ ਇਦੂ ਬਾਅਦ ਇਹਨਾਂ ਨੂੰ ਲੈ ਕੇ ਚੱਲਦੇ ਹਾਂ ਤੇ ਕੱਢ ਕੇ ਜੂਸ ਇਹਨਾਂ ਦਾ ਆਪਾਂ ਪੀਨੇ ਆ ਘਰੇ ਜਾ ਕੇ ਦੋਸਤੋ ਸੰਧੂ ਤੁਹਾਨੂੰ ਮੈਂ ਬਾਹਲੀ ਮਹਿੰਗੀ ਚੀਜ਼ ਪੱਟਦਾ ਦਿਖਾਉਣਾ ਤੇ ਆਹ ਦੇਖੋ ਇੱਧਰ ਕੜੀ ਪੱਤਾ ਕਿਹੜੇ ਲੋਟ ਸੰਧੂ ਪੜ ਪੜ ਕੇ ਡਾਹਣੇ ਪੜ ਪੜ ਕੇ ਕਹਿੰਦਾ ਤੁਸੀਂ ਲੈ ਜਾਓ ਘਰੇ ਸਾਨੂੰ ਆਫਰ ਦੇ ਜਾਂਦਾ ਉਹਨੂੰ ਕਹਿੰਦਾ ਤੁਸੀਂ ਘਰੇ ਲੈ ਜਾਓ ਤੁਹਾਨੂੰ ਦੇਣਾ ਹੈ ਠੀਕ ਹੈ ਸੰਧੂ ਇੰਨਾ ਕੜੀ ਪੱਤਾ ਅਸੀਂ ਕੀ ਕਰਾਂਗੇ ਸਵਾਦੀ ਜਾ ਕੇ ਵੰਡ ਦਿਓ ਉੱਥੋਂ 100 ਰੁਪਏ ਦੀ ਪੁੜੀ ਲੈਣੇ ਆ ਨਿੱਕੀ ਜਿਹੀ ਡਿੱਕ ਤੇ ਇੱਥੇ ਤਾਂ ਜਾ ਕੇ ਸਕਾ ਲਿਓ ਤਾਂ ਦੁਕਾਨ ਵਾਲੇ ਨੂੰ ਦੇ ਦਿਓ ਹੱਡੀ ਵਾਲੇ ਨੂੰ 10 ਕਿਲੋ ਹੋਣਾ 5000 ਦਾ ਪੁੱਛ ਲਓ ਰੇਟ 10 ਕਿਲੋ ਦਾ 50 ਰੁਪਏ ਕਿਲੋ ਤਾਂ ਹੋਊਗਾ ਹੀ ਹੈ 10 ਕਿਲੋ ਪੱਤੇ ਹੋ ਗਏ 5000 ਦਾ ਹੋ ਗਿਆ ਹਾਂਜੀ 5000 ਦਾ ਹੋ ਗਿਆ ਹਾਂ ਤੇ ਦੇਖੋ ਸੰਧੂ ਬਾਈ ਨੂੰ ਪੱਟਦੇ ਤੇ ਕਿਉਂਕਿ ਇੱਥੇ ਦੋਸਤੋ ਇਹ ਰਸਤੇ ਵਿੱਚ ਆ ਰਹੇ ਸੀ ਰਸਤੇ ਚੜਦੇ ਸੀ ਛੰਗਿਆ ਹਾਂ ਜੇ ਨੂੰ ਪੱਟਣ ਦੀ ਜਗ੍ਹਾ ਛੰਗਿਆ ਜਾਵੇ ਹਾਂ ਹਨਾ ਸੰਧੂ ਕਿੰਨੀ ਸੋਹਣੀ ਹੁੰਦੀ ਨੇ ਤੇ ਸਮੈਲ ਸੰਧੂ ਖੁਸ਼ਬੂ ਬੜੀ ਘੈਂਟ ਆਉਂਦੀ ਹੈ ਹਨਾ ਦੇ ਬਿਲਕੁਲ ਬਿਲਕੁਲ ਪਾਦਾ ਬਾਈ ਸੰਧੂ ਨੇ ਇਧਰੋਂ ਤੇ ਨਿਕਲ ਲੱਗ ਗਿਆ ਜੂਸ ਪੀਣ ਇੱਕ ਗੰਨੇ ਚੋਂ ਕਿੰਨਾ ਕੱਢ ਦਿੰਦਾ ਸੰਧੂ ਇੱਕ ਗਲਾਸ ਕੱਢ ਦਿੰਦਾ ਦੋ ਗਲਾਸ ਠੀਕ ਹੈ ਤੇ ਦੁਬਾਰੇ ਨਹੀਂ ਮੋੜ ਕੇ ਜੇ ਲਾਉਣਾ ਪੈਂਦਾ ਸੰਧੂ ਦੇ ਆਪਾਂ ਹੁਣ ਫੜ ਕੇ ਰੱਖੋ ਇੱਕ ਵਾਰੀ ਜੇ ਹੋ ਜਾਂਦਾ ਕੰਮ ਹੈ ਹਾਂ ਦੁਬਾਰੇ ਕੱਢ ਕੇ ਲਾਉਣ ਦੀ ਲੋੜ ਨਹੀਂ ਆਪਾਂ ਨੂੰ ਫੜ ਜਾਂਦਾ ਗੰਨਾ ਇੱਕ ਜੀ ਸੁੱਕ ਗਿਆ ਲਓ ਵੀ ਦੋਸਤੋ ਪਿੱਛੋਂ ਵੀ ਦਿਖਾਉਣੇ ਆ ਤੁਹਾਨੂੰ ਕਿਵੇਂ ਨਿਕਲਦਾ ਤੇ ਅੱਜ ਦੀ ਰਿਕਾਰਡਿੰਗ ਤਾਂ ਚਲਾ ਲਾਂਦੀ ਲਵਾਂ ਤੇ ਠੀਕ ਹੈ ਸੰਧੂ ਐਸ ਲੋੜਾਂ ਮਗਰ ਸਾਰਾ ਆਹ ਬਰੂਦ ਕੱਢੀ ਤੁਰਿਆ ਆਉਂਦਾ ਹੈ ਆਹ ਦੇਖੋ ਦੋਸਤੋ ਮਗਰ ਇੱਕੇ ਵਾਰੀ 'ਚ ਜਮਾਂ ਸੁੱਕਾ ਗੰਨਾ ਆ ਰਿਹਾ ਅਤੇ ਇੱਕੇ ਵਾਰੀ ਜਿਹਨੇ ਸਾਰਾ ਗੰਨਾ ਸਾਫ਼ ਕਰਕੇ ਜੂਸ ਕੱਢ ਕੇ ਉੱਧਰਲੀ ਸਾਈਡ ਆ ਅਤੇ ਸਾਰਾ ਇਹਨੇ ਮਤਲਬ ਕੱਢਤਾ ਇੱਧਰਲੇ ਪਾਸੇ ਸੁੱਕਾ ਸੁੱਕਾ ਭਾਰ ਕਿੰਨਾ ਕੁ ਸੰਧੂ ਇਹਦੇ 'ਚ ਦੇਖਣ ਨੂੰ ਤਾਂ ਕਾਫ਼ੀ ਭਾਰੀ ਲੱਗਦੀ ਹੈ ਇਹ ਲਓ ਵੀ ਦੋਸਤੋ ਜੂਸ ਅਸੀਂ ਕੱਢ ਲਿਆ ਅਤੇ ਬਸ ਹੁਣ ਤਿਆਰੀ ਚੱਲੀ ਜਾਂਦੀ ਆ ਭੈਣ ਉੱਧਰ ਠੰਡਾ ਕਰੀ ਜਾਂਦੀ ਹੈ ਠੰਡਾ ਕਰਕੇ ਪਾ ਕੇ ਇਦੂ ਬਾਅਦ ਪੀਨੇ ਆ ਹੈ ਕਿ ਨਹੀਂ ਬਾਈ ਸੰਧੂ ਇਦੂ ਬਾਅਦ ਕਿਉਂਕਿ ਗੁੰਮਸ ਬਹੁਤ ਜ਼ਿਆਦਾ ਹੋ ਗਈ ਸੀ ਗੁੰਮਸ ਗਰਮੀ ਨਾਲ ਭਿੱਜੇ ਪਏ ਆ ਤੇ ਠੰਡਾ ਠੰਡਾ ਜੂਸ ਪੀਣ ਦਾ ਸਵਾਦ ਹੀ ਵੱਖਰਾ ਹਨਾ ਨਜ਼ਾਰਾ ਆ ਜਾਣਾ ਕਾਲਜਾ ਠਰ ਜਾਣਾ ਜੂਸ ਰੈਡੀ ਆ ਲੈ ਰਮਨ ਤੂੰ ਵੀ ਦੱਸ ਪੀ ਕੇ ਕਿਵੇਂ ਬਣਿਆ ਬਹੁਤ ਹੀ ਟੇਸਟੀ ਆ ਹਨਾ ਜਿਹੜਾ ਜੂਸ ਜਮਾ ਹਲਕਾ ਹੁੰਦਾ ਠੀਕ ਹੈ ਸੰਧੂ ਜੇ ਆਪਾਂ ਵੱਡੇ ਕਲਾੜੇ ਵਾਲਾ ਪੀਨੇ ਨਾ ਜੂਸ
शाम हो गई इतना दोस्तों समाप्ति वीडियो देखने बहुत बहुत धन्यवाद।